ਕਿ ਅੱਜ ਦੇ ਸਮੇਂ ਦੇ ਵਿੱਚ ਵੀ ਚਾਹੇ ਉਹ ਚੀਨ ਪਾਕਿਸਤਾਨ ਹੈ, ਚਾਹੇ ਉਹ ਅਮਰੀਕਾ ਆ, ਚਾਹੇ ਉਹ ਇੰਡੀਆ ਆ, ਤਿੰਨਾਂ ਨੂੰ ਹੀ ਪੰਜਾਬ ਅਤੇ ਸਿੱਖਾਂ ਦੀ ਜ਼ਰੂਰਤ ਹੈ। ਜੇ ਇਸ ਮੌਕੇ ਦੇ ਉੱਪਰ ਅਸੀਂ ਖੜ੍ਹੇ ਹਾਂ, ਆਉਣ ਵਾਲਾ ਸਮਾਂ, ਆਉਣ ਵਾਲੇ ਕੁਛ ਮਹੀਨੇ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਨੇ। ਫਿਰ ਇਹ ਸਾਰਾ ਖਿੱਤਾ ਇੰਨਾ ਜ਼ਿਆਦਾ ਮਹੱਤਵਪੂਰਨ ਹੈ ਕਿ ਇਹ ਸਾਰੇ ਸਾਊਥ ਏਸ਼ੀਆ ਨੂੰ ਅੱਗੇ ਸੈਂਟਰਲ ਏਸ਼ੀਆ ਯੂਰਪ ਦੇ ਨਾਲ ਜੋੜਦਾ ਹੈ, ਔਰ ਜਿਹਦੇ ਵਿੱਚ ਅਮਰੀਕਾ ਅਤੇ ਰੂਸ ਵਰਗੀਆਂ ਵੱਡੀਆਂ ਤਾਕਤਾਂ ਦੀ ਰੁਚੀ ਉਸ ਸਮੇਂ ਦੇ ਵਿੱਚ ਵੀ ਸੀ, ਔਰ ਅੱਜ ਵੀ ਉਹਦੇ ਵਿੱਚ ਕੌਮਾਂਤਰੀ ਤਾਕਤਾਂ ਦੀ ਜਿਹੜੀ ਰੁਚੀ ਹੈ। ਜੋ ਟਰੂਡੋ ਨੇ ਕਿਹਾ, ਜੋ ਉਹਦੇ ਪਿੱਛੇ ਅਮਰੀਕਾ ਖੜਾ ਆ, ਇਹਨਾਂ ਗੱਲਾਂ ਦੇ ਮਾਇਨੇ ਬੜੇ ਡੂੰਘੇ ਆ ਤੇ ਇਹਦਾ ਅਸਰ ਸਿੱਖਾਂ ਤੇ ਪੰਜਾਬ ਦੇ ਉੱਪਰ ਨਿਸ਼ਚਿਤ ਹੀ ਪੈਣਾ ਆ। ਸੋ ਇਹ ਦੱਸ ਰਿਹਾ ਕਿ ਹੁਣ ਦਾ ਸਮਾਂ ਕਿੰਨਾ ਜ਼ਿਆਦਾ ਅਹਿਮੀਅਤ ਵਾਲਾ ਆ, ਤੇ ਜਿੰਨਾ ਗੱਲਾਂ ਕਰਕੇ ਇੰਡੀਆ ਦੀ ਸਿੱਖਾਂ ਦੇ ਉੱਪਰ ਡਿਪੈਂਡੈਂਸੀ ਸੀ, ਉਹ ਸਾਰੇ ਨੁਕਤੇ ਅੱਜ ਕਾਇਮ ਨੇ, ਪਹਿਲਾਂ ਨਾਲੋਂ ਜ਼ਿਆਦਾ ਅਹਿਮ ਹੈ। ਸ਼ਹੀਦਾਂ ਦੀ ਯਾਦ ਅੰਦਰ ਸੱਚੇ ਪਾਤਸ਼ਾਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਦੇ ਵਿੱਚ ਜੁੜ ਬੈਠੀ ਸਮੂਹ ਸੰਗਤ, ਆਓ ਫਤਿਹ ਦੀ ਸਾਂਝ ਪਾਈਏ, ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ਹੀਦ ਭਾਈ ਸੁਖਦੇਵ ਸਿੰਘ ਜੀ ਸੁੱਖਾ ਅਤੇ ਸ਼ਹੀਦ ਭਾਈ ਹਰਜਿੰਦਰ ਸਿੰਘ ਜੀ ਜਿੰਦਾ, ਉਹਨਾਂ ਦੀ ਸ਼ਹਾਦਤ ਇੱਕ ਵਿਲੱਖਣ ਰੁਤਬਾ ਰੱਖਦੀ ਹੈ ਕਿ ਜਿਨ੍ਹਾਂ ਨੇ ਬਿਲਕੁਲ ਮਿੱਥ ਕੇ ਬੜੇ ਚਾਓ ਦੇ ਨਾਲ ਮੌਤ ਨੂੰ ਗਲੇ ਲਾਇਆ, ਅਤੇ ਉਹ ਆਪਣੀਆਂ ਚਿੱਠੀਆਂ ਦੇ ਵਿੱਚ ਵਾਰ ਵਾਰ ਇਸ ਗੱਲ ਦਾ ਜ਼ਿਕਰ ਕਰਦੇ ਹੈ ਕਿ ਫਾਂਸੀ ਦਾ ਰੱਸਾ ਸਾਨੂੰ ਯਾਰੜੇ ਦੀ ਗਲਵੱਕੜੀ ਦੇ ਵਾਂਗ ਪਿਆਰਾ ਹੈ। ਔਰ ਉਹਨਾਂ ਨੇ ਜਿੰਨੀਆਂ ਵੀ ਚਿੱਠੀਆਂ ਆਪਣੇ ਜਾਣਕਾਰਾਂ ਨੂੰ, ਪਰਿਵਾਰਾਂ ਨੂੰ ਲਿਖੀਆਂ, ਉਹਨਾਂ ਦੇ ਵਿੱਚੋਂ ਉਹਨਾਂ ਦੀ ਇੱਕ ਬੜੀ ਬੁਲੰਦ ਸ਼ਖਸੀਅਤ ਦੇ ਦਰਸ਼ਨ ਹੁੰਦੇ ਆ। ਇਹ ਪਤਾ ਲੱਗਦਾ ਕਿ ਕਿਸ ਤਰ੍ਹਾਂ ਉਹ ਧੁਰਥੀ ਆਜ਼ਾਦ ਸੀਗੇ, ਹਰ ਭੈ ਤੋਂ, ਹਰ ਤਰ੍ਹਾਂ ਦੇ ਖੌਫ ਤੋਂ ਮੁਕਤ, ਜਿਹੜਾ ਇੱਕ ਸਹੀ ਮਾਇਨਿਆਂ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਜੋ ਖਾਲਸਾਈ ਸ਼ਖਸੀਅਤ ਹੈ ਉਹਦਾ ਜਲੌ ਉਹਨਾਂ ਦੀ ਸ਼ਖਸੀਅਤ ਦੇ ਵਿੱਚ ਪ੍ਰਗਟ ਹੁੰਦਾ ਸੀ, ਜੋ ਉਹਨਾਂ ਦੇ ਲਿਖੇ ਹੋਏ ਸ਼ਬਦਾਂ ਨੂੰ ਪੜ੍ਹ ਕੇ ਤੁਹਾਡੇ ਸਾਹਮਣੇ ਬਿਲਕੁਲ ਸਾਕਾਰ ਰੂਪ ਦੇ ਵਿੱਚ ਸਾਹਮਣੇ ਆਉਂਦਾ। ਔਰ ਉਹਨਾਂ ਨੇ ਜੇਲ੍ਹ ਦੇ ਵਿੱਚ ਵੀ ਖੁਸ਼ੀ ਮਨਾਈ ਜਦੋਂ ਫਾਂਸੀ ਦਾ ਇਨਾਮ ਮਿਲਿਆ, ਕਿਉਂਕਿ ਉਹ ਆਪਣੀ ਸਾਰੀਆਂ ਚਿੱਠੀਆਂ ਦੇ ਵਿੱਚ ਇਹ ਗੱਲ ਕਹਿੰਦੇ ਹੈ ਕਿ ਸਾਨੂੰ ਦਰਬਾਰ ਸਾਹਿਬ ਦੇ ਪ੍ਰਤੀ, ਦਰਬਾਰ ਸਾਹਿਬ ਦੀ ਅਜ਼ਮਤ ਦੇ ਪ੍ਰਤੀ ਜੋ ਅਸੀਂ ਫਰਜ਼ ਨਿਭਾਏ ਉਹਦੇ ਵਾਸਤੇ ਇਹ ਇਨਾਮ ਮਿਲਿਆ। ਮੈਨੂੰ ਬੜੀ ਹੈਰਾਨੀ ਹੋਈ ਜਦੋਂ ਅਸੀਂ ਆਏ ਇੱਥੇ ਅਤੇ ਭੈਣ ਜੀ ਹੋਣਾ ਨੂੰ ਮਿਲੇ, ਭੈਣ ਜੀ ਬਲਵਿੰਦਰ ਕੌਰ ਹੋਣਾ ਨੂੰ, ਭਾਜੀ ਇੰਦਰਜੀਤ ਸਿੰਘ ਹੋਣਾ ਨੂੰ, ਭਾਜੀ ਨਿਰਮਲ ਸਿੰਘ ਹੋਣਾ ਨੂੰ, ਬਾਕੀ ਸਾਰੇ ਪਰਿਵਾਰ ਨੂੰ, ਉਹ ਫਾਂਸੀ ਨੂੰ ਬਿਲਕੁਲ ਸਜ਼ਾ ਵਾਂਗੂ ਨਹੀਂ ਕਹਿੰਦੇ, ਉਹ ਇਨਾਮ ਹੀ ਕਹਿੰਦੇ ਆ ਕਿ ਜਦੋਂ ਵੀਰਾਂ ਨੂੰ ਇਨਾਮ ਮਿਲਿਆ ਤੇ ਉਹਨਾਂ ਵੀਰਾਂ ਨੇ ਇੱਕ ਦੂਸਰੇ ਦੇ ਗਲ ਦੇ ਵਿੱਚ ਹਾਰ ਪਾਏ, ਖੁਸ਼ੀਆਂ ਮਨਾਈਆਂ, ਜੇਲ੍ਹ ਦੇ ਵਿੱਚ ਬਦਾਨਾ ਤਿਆਰ ਕਰਵਾਇਆ, ਉਹਦਾ ਇੱਕ ਮਰਤਬਾਨ ਭਰ ਕੇ ਭੈਣ ਜੀ ਹੋਣਾ ਨੂੰ ਦਿੱਤਾ, ਜਿਹੜਾ ਅਜੇ ਤੱਕ ਉਹਨਾਂ ਨੇ ਮਰਤਬਾਨ ਸਾਂਭਿਆ ਹੋਇਆ, ਤੇ ਇਹ ਕਿਹਾ ਕਿ ਜਿਹਨੂੰ ਵੀ ਪਤਾ ਲੱਗੇ ਖੁਸ਼ੀ ਮਨਾਉਣੀ ਹੈ। ਸੋ ਉਸ ਸ਼ਹਾਦਤ ਦੇ ਪਿੱਛੇ ਕਿਹੜੀ ਗੱਲ ਖੜੀ ਸੀ?
ਉਹ ਵੀ ਉਹਨਾਂ ਦੇ ਜੋ ਸੁਨੇਹੇ ਇਕੱਤਰ ਹੋਏ ਸਾਰੇ ਕੀਤੇ ਘੋਖੇ ਪਿਛਲੇ ਲਗਭਗ 20 ਦਿਨ 21 ਦਿਨ ਤਕਰੀਬਨ ਇਸੇ ਪਾਸੇ ਮਹਾਰਾਜ ਨੇ ਕਿਰਪਾ ਕਰਕੇ ਲਵਾਏ, ਉਹ ਇਸ ਕਰਕੇ ਸੀਗੇ ਕਿ ਜਿਹੜਾ ਗੁਰੂ ਖਾਲਸਾ ਪੰਥ ਦੀ ਅਜ਼ਮਤ ਹੈ ਉਹ ਦੁਨੀਆਂ ਦੇ ਵਿੱਚ ਪ੍ਰਗਟ ਹੋਵੇ, ਤੇ ਜਿਹੜਾ ਸੰਘਰਸ਼ ਇਸ ਧਰਤੀ ਦੇ ਉੱਪਰ ਲੜਿਆ ਜਾ ਰਿਹਾ ਉਹ ਸੰਘਰਸ਼ ਬੁਲੰਦੀਆਂ ਵੱਲ ਨੂੰ ਜਾਵੇ, ਤੇ ਜੋ ਖਾਲਿਸਤਾਨ ਦਾ ਇੱਕ ਆਪਾਂ ਟੀਚਾ ਕਹਿੰਦੇ ਹਾਂ ਉਹ ਬੜੇ ਸਪਸ਼ਟ ਸੀਗੇ। ਉਹ ਕਹਿੰਦੇ ਸਾਡੀ ਮੰਜ਼ਿਲ ਨਹੀਂ ਹੈ, ਇੱਥੋਂ ਸਾਡਾ ਕੰਮ ਸ਼ੁਰੂ ਹੋਣਾ ਆ। ਇਹ ਜੋ ਗੁਰੂ ਸਾਹਿਬ ਨੇ ਸਰਬੱਤ ਦੇ ਭਲੇ ਦਾ ਆਸ਼ਾ ਦਿੱਤਾ, ਜੋ ਰਾਜ ਕਰੇਗਾ ਖਾਲਸਾ ਦਾ ਸੰਕਲਪ ਦਿੱਤਾ, ਜੋ ਖਾਲਸਾ ਜੀ ਕੇ ਬੋਲ ਬਾਲੇ, ਇਹੀ ਸ਼ਬਦ ਉਹਨਾਂ ਦੀਆਂ ਚਿੱਠੀਆਂ ਦੇ ਵਿੱਚ ਲਿਖੇ ਹੋਏ ਆ। ਸੋ ਉਹਨਾਂ ਨੂੰ ਸਾਕਾਰ ਕਰਨ ਦੇ ਵੱਲ ਨੂੰ ਸਾਡੀ ਇਹ ਇੱਕ ਪੜਾਅ ਆ, ਇਸ ਤਰੀਕੇ ਦੀ ਪਰਿਭਾਸ਼ਾ ਉਹ ਦਿੰਦੇ ਆ। ਸੋ ਉਸ ਸੰਬੰਧ ਦੇ ਵਿੱਚ ਅਸੀਂ ਦੇਖੀਏ ਕਿ ਉਸ ਸਮੇਂ ਜਦੋਂ ਸੰਘਰਸ਼ ਚੱਲ ਰਿਹਾ ਸੀ ਉਦੋਂ ਕੀ ਹਾਲਾਤ ਸੀਗੇ ਤੇ ਅੱਜ ਕੀ ਹਾਲਾਤ ਹੈ, ਤੇ ਸਾਡੇ ਸ਼ਹੀਦ ਕੀ ਚਾਹੁੰਦੇ ਸੀਗੇ, ਤੇ ਉਹਦੇ ਮੱਦੇਨਜ਼ਰ ਸਾਨੂੰ ਅੱਜ ਕਿਸ ਤਰ੍ਹਾਂ ਦੀ ਭੂਮਿਕਾ ਨਿਭਾਉਣੀ ਚਾਹੀਦੀ। ਸਿਰਫ ਇਸੇ ਇੱਕ ਨੁਕਤੇ ਦੇ ਉੱਪਰ ਬੇਨਤੀ ਕਰਕੇ ਮੈਂ ਤੁਹਾਡੇ ਕੋਲੋਂ ਖਿਮਾ ਦੇ ਯਾਚਕ ਹੋ ਜਾਣਾ। 1987 ਦੇ ਵਿੱਚ ਅਮਰੀਕਾ ਦੀ ਇੱਕ ਖੂਫੀਆ ਏਜੰਸੀ CIA ਨੇ ਇੱਕ ਰਿਪੋਰਟ ਤਿਆਰ ਕੀਤੀ। ਉਸ ਰਿਪੋਰਟ ਦਾ ਨਾਂ ਸੀਗਾ ਇੰਡੀਆ ਐਂਡ ਦਾ 6 ਚੈਲੰਜ। ਉਹ ਰਿਪੋਰਟ ਹੁਣ ਸਮਾਂ ਬੀਤਣ ਤੋਂ ਬਾਅਦ ਡੀ ਕਲਾਸੀਫਾਈ ਹੋਈ ਹੈ। ਉਹਦਾ ਵੱਡਾ ਹਿੱਸਾ ਜਿਹੜਾ ਆ ਉਹ ਉਹਨਾਂ ਨੇ ਜਨਤਕ ਤੌਰ ਦੇ ਉੱਤੇ ਜਾਰੀ ਕਰ ਦਿੱਤਾ। ਉਹਦੇ 'ਚ ਇਹ ਗੱਲ ਕਹਿੰਦੇ ਕਿ ਜੋ ਇੰਡੀਆ ਦੇ ਸਾਹਮਣੇ ਸਿੱਖਾਂ ਨੇ ਚੁਣੌਤੀ ਪੇਸ਼ ਕਰ ਦਿੱਤੀ ਹੈ ਇਸ ਖਿੱਤੇ ਦੇ ਵਿੱਚ, ਉਹ ਕਿਉਂ ਮਹੱਤਵਪੂਰਨ ਹੈ, ਉਹਦੇ ਕੁਝ ਨੁਕਤੇ ਗਿਣਾਉਂਦੇ ਉਹ। ਪਹਿਲਾ ਨੁਕਤਾ ਉਹ ਇਹ ਕਹਿੰਦੇ ਕਿ ਜਿਹੜਾ ਇਹ ਖਿੱਤਾ ਆ ਇਸ ਖਿੱਤੇ ਦੇ ਵਿੱਚ ਸਿੱਖ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਥਾਂ ਦੇ ਉੱਪਰ ਬੈਠੇ ਹੋਏ ਆ। ਇਤਿਹਾਸਕ ਤੌਰ ਦੇ ਉੱਪਰ ਇਹ ਖਿੱਤਾ ਪੂਰੇ ਇੰਡੀਆ ਤੱਕ ਰਸਾਈ ਦਾ ਸਾਧਨ ਰਿਹਾ, ਜ਼ਮੀਨ ਦੇ ਰਾਹੀਂ, ਚਾਹੇ ਉਹ ਫੌਜਾਂ ਨੇ ਜਾਣਾ ਹੋਵੇ, ਚਾਹੇ ਉਹ ਵਪਾਰ ਦੇ ਵੱਡੇ ਲਾਂਘੇ ਰਹੇ ਹੋਣ, ਉਹ ਪੰਜਾਬ ਦੇ ਖਿੱਤੇ ਦੇ ਵਿੱਚ ਵੀ ਰਹੇ। ਉਸ ਤੋਂ ਇਲਾਵਾ ਜਿਹੜੀ ਦੁਨੀਆ ਭਰ ਦੇ ਵਿੱਚ ਡਿਸਪਿਊਟਡ ਟੈਰੀਟਰੀ ਦੇ ਤੌਰ ਦੇ ਉੱਤੇ ਮੰਨੀ ਹੋਈ ਹੈ ਯੂਨਾਈਟਿਡ ਨੇਸ਼ਨਸ ਦਾ ਮਤਾ ਆ ਪਲੈਬੀਸਾਈਟ ਦਾ ਕਸ਼ਮੀਰ, ਉਹਦੇ ਤੱਕ ਜਿੰਨਾ ਵੀ ਜ਼ਮੀਨੀ ਲਾਂਘਾ ਇੰਡੀਆ ਦੀਆਂ ਫੌਜਾਂ ਦਾ ਹੈ ਉਹ ਸਾਰਾ ਪੰਜਾਬ ਦੇ ਵਿੱਚ ਦੀ ਹੋ ਕੇ ਜਾਂਦਾ ਹੈ। ਜੇ ਪੰਜਾਬ ਦੇ ਵਿੱਚ ਕੋਈ ਵੀ ਸੰਘਰਸ਼ ਚੱਲ ਰਿਹਾ ਉਹਦਾ ਅਸਰ ਉਹ ਅੱਗੇ ਵੀ ਪੈਂਦਾ ਹੈ। ਫਿਰ ਇਹ ਸਾਰਾ ਖਿੱਤਾ ਇੰਨਾ ਜ਼ਿਆਦਾ ਮਹੱਤਵਪੂਰਨ ਹੈ ਕਿ ਇਹ ਸਾਰੇ ਸਾਊਥ ਏਸ਼ੀਆ ਨੂੰ ਅੱਗੇ ਸੈਂਟਰਲ ਏਸ਼ੀਆ ਯੂਰਪ ਦੇ ਨਾਲ ਜੋੜਦਾ ਹੈ, ਔਰ ਜਿਹਦੇ ਵਿੱਚ ਅਮਰੀਕਾ ਅਤੇ ਰੂਸ ਵਰਗੀਆਂ ਵੱਡੀਆਂ ਤਾਕਤਾਂ ਦੀ ਰੁਚੀ ਉਸ ਸਮੇਂ ਦੇ ਵਿੱਚ ਵੀ ਸੀ ਔਰ ਅੱਜ ਵੀ ਉਹਦੇ ਵਿੱਚ ਕੌਮਾਂਤਰੀ ਤਾਕਤਾਂ ਦੀ ਜਿਹੜੀ ਰੁਚੀ ਹੈ। ਫਿਰ ਉਹ ਕਹਿੰਦੇ ਕਿ ਜਿਹੜੀ ਇੰਡੀਆ ਦੀ ਅੰਨ ਦੀ ਸੁਰੱਖਿਆ ਆ, ਅੰਨ ਦੀ ਸੁਰੱਖਿਆ ਦੇ ਵਾਸਤੇ ਇੰਡੀਆ ਪੰਜਾਬ ਦੇ ਉੱਤੇ ਸਿੱਖਾਂ ਦੇ ਉੱਤੇ ਨਿਰਭਰ ਹੈ, ਇਹ ਉਸ ਰਿਪੋਰਟ ਦੇ ਵਿੱਚ ਦਰਜ ਹੈ। ਫਿਰ ਅਗਲੀ ਗੱਲ ਉਹ ਕਹਿੰਦੇ ਕਿ ਇੰਡੀਆ ਆਪਣੀ ਸਿਕਿਉਰਿਟੀ ਦੇ ਵਾਸਤੇ ਜੋ ਇੰਡੀਆ ਦੀਆਂ ਫੌਜਾਂ ਦੇ ਵਿੱਚ ਸਿੱਖਾਂ ਦਾ ਸਥਾਨ ਹੈ, ਜੋ ਉਹਨਾਂ ਦਾ ਇੱਕ ਅਹਿਮੀਅਤ ਹੈ, ਉਹਦੇ ਕਰਕੇ ਵੀ ਸਿੱਖ ਦੇ ਉੱਪਰ ਇੰਡੀਆ ਨਿਰਭਰ ਹੈ। ਫਿਰ ਜਿੰਨੀ ਉਸ ਸਮੇਂ ਦੀ ਵਪਾਰ ਦੀ ਸਰਗਰਮੀ ਹੋ ਰਹੀ, ਟਰਾਂਸਪੋਰਟ ਦੀ ਸਰਗਰਮੀ ਹੋ ਰਹੀ ਸੀ, ਉਹਦੇ ਵਿੱਚ ਆਪਾਂ ਨੂੰ ਪਤਾ ਕਿ ਵੱਡੀ ਜਿਹੜੀ
ਵੱਡੀ ਤਾਦਾਦ ਦੇ ਵਿੱਚ ਉਸ ਸਮੇਂ ਟਰਾਂਸਪੋਰਟ ਦੇ ਉੱਪਰ ਮਲਕੀਅਤ ਸੀ ਉਹ ਸਿੱਖਾਂ ਦੀ ਸੀ। ਇਹਨਾਂ ਗੱਲਾਂ ਦੇ ਕਰਕੇ ਦੁਨੀਆ ਸਾਡੇ ਸੰਘਰਸ਼ ਨੂੰ ਦੇਖ ਰਹੀ ਸੀ ਔਰ ਇਸ ਗੱਲ ਦਾ ਅਹਿਸਾਸ ਸਾਡੇ ਜੁਝਾਰੂਆਂ ਨੂੰ ਸੀ। ਇਹ ਜੇ ਤੁਸੀਂ ਚਿੱਠੀਆਂ ਪੜ੍ਹਦੇ ਹੋ ਉਹਦੇ ਵਿੱਚ ਇਸ ਗੱਲ ਦਾ ਜ਼ਿਕਰ ਆਉਂਦਾ ਕਿ ਉਹਨਾਂ ਨੇ ਆਪਣੇ ਸਾਥੀਆਂ ਨੂੰ ਖਾਸ ਤੌਰ ਦੇ ਉੱਪਰ ਅਮਰੀਕਾ ਭੇਜਿਆ, ਉੱਥੋਂ ਜਾ ਕੇ ਦੂਸਰੇ ਮੁਲਕਾਂ ਦੂਸਰੀਆਂ ਤਾਕਤਾਂ ਜਿਨ੍ਹਾਂ ਦੀ ਇਸ ਖਿੱਤੇ ਇਸ ਸੰਘਰਸ਼ ਦੇ ਵਿੱਚ ਰੁਚੀ ਹੈ ਉਹਨਾਂ ਦੇ ਨਾਲ ਰਾਬਤਾ ਕਾਇਮ ਕੀਤਾ ਜਾਵੇ। ਭਾਈ ਰਣਜੀਤ ਸਿੰਘ ਕੁੱਕੀ, ਭਾਈ ਸੁਖਮਿੰਦਰ ਸਿੰਘ ਸੁੱਖੀ ਹੋਣਾ ਦਾ ਉਹ ਖਾਸ ਤੌਰ ਦੇ ਉੱਪਰ ਜ਼ਿਕਰ ਕਰਦੇ ਕਿ ਅਸੀਂ ਸੰਘਰਸ਼ ਦੇ ਕਰਕੇ ਉਹਨਾਂ ਨੂੰ ਅਮਰੀਕਾ ਭੇਜਿਆ ਸੀ ਪਰ ਉਹ ਕਿਸੇ ਮੁਖਬਰ ਦੀ ਮੁਖਬਰੀ ਕਰਕੇ ਫੜੇ ਗਏ। ਸੋ ਅੱਜ ਦੇ ਸਮੇਂ ਦੇ ਵਿੱਚ ਆਪਾਂ ਦੇਖੀਏ ਕਿ ਅੱਜ ਦੇ ਸਮੇਂ 'ਚ ਕੀ ਹਾਲਾਤ ਹੈ। ਉਸੇ ਤਰ੍ਹਾਂ ਦੇ ਨਾਲ ਹੀ ਇਹ ਪੰਜਾਬ ਦਾ ਖਿੱਤਾ ਤੇ ਸਿੱਖ ਦੁਨੀਆ ਭਰ ਦੇ ਵਿੱਚ ਮਹੱਤਵਪੂਰਨ ਹੋ ਗਏ। ਪਹਿਲਾਂ ਬੋਲਦਿਆਂ ਹੋਇਆਂ ਢਾਡੀਆਂ ਨੇ ਕਿਹਾ ਕਿ ਸਾਡੇ ਜੋ ਆਜ਼ਾਦੀ ਪਸੰਦੀ ਸਿੱਖ ਨੇ ਜਾਂ ਜੋ ਖਾਲਿਸਤਾਨੀ ਸੰਘਰਸ਼ ਦੇ ਆਗੂ ਹੈ, ਇੰਡੀਅਨ ਸਟੇਟ ਪਹਿਲੀ ਵਾਰ ਇਸ ਤਰ੍ਹਾਂ ਕਰ ਰਹੀ ਕਿ ਸਿੱਧੇ ਤੌਰ ਦੇ ਉੱਪਰ ਉਹਨਾਂ ਨੂੰ ਹਿੱਟ ਕੀਤਾ ਜਾ ਰਿਹਾ, ਉਹਨਾਂ ਦੇ ਕਤਲ ਜਿਹੜੇ ਆ ਉਹ ਕਰਵਾਏ ਜਾ ਰਹੇ ਆ। ਸੋ ਇਹ ਦੱਸ ਰਿਹਾ ਕਿ ਹੁਣ ਦਾ ਸਮਾਂ ਕਿੰਨਾ ਜ਼ਿਆਦਾ ਅਹਿਮੀਅਤ ਵਾਲਾ ਆ ਤੇ ਜਿੰਨਾ ਗੱਲਾਂ ਕਰਕੇ ਇੰਡੀਆ ਦੀ ਸਿੱਖਾਂ ਦੇ ਉੱਪਰ ਡਿਪੈਂਡੈਂਸੀ ਸੀ ਉਹ ਸਾਰੇ ਨੁਕਤੇ ਅੱਜ ਕਾਇਮ ਨੇ, ਪਹਿਲਾਂ ਨਾਲੋਂ ਜ਼ਿਆਦਾ ਅਹਿਮ ਹੈ। ਆਖਰੀ ਗੱਲ ਮੈਂ ਤੁਹਾਡੇ ਚਰਨਾਂ ਦੇ ਵਿੱਚ ਇਹ ਕਰਨੀ ਕਿ ਅੱਜ ਦੇ ਸਮੇਂ ਦੇ ਵਿੱਚ ਵੀ ਚਾਹੇ ਉਹ ਚੀਨ ਪਾਕਿਸਤਾਨ ਹੈ, ਚਾਹੇ ਉਹ ਅਮਰੀਕਾ ਆ, ਚਾਹੇ ਉਹ ਇੰਡੀਆ ਆ, ਤਿੰਨਾਂ ਨੂੰ ਹੀ ਪੰਜਾਬ ਤੇ ਸਿੱਖਾਂ ਦੀ ਜ਼ਰੂਰਤ ਹੈ। ਜੇ ਇਸ ਮੌਕੇ ਦੇ ਉੱਪਰ ਅਸੀਂ ਖੜੇ ਹਾਂ, ਆਉਣ ਵਾਲਾ ਸਮਾਂ, ਆਉਣ ਵਾਲੇ ਕੁਛ ਮਹੀਨੇ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਨੇ। ਜੋ ਟਰੂਡੋ ਨੇ ਕਿਹਾ, ਜੋ ਉਹਦੇ ਪਿੱਛੇ ਅਮਰੀਕਾ ਖੜਾ ਆ, ਇਹਨਾਂ ਗੱਲਾਂ ਦੇ ਮਾਇਨੇ ਬੜੇ ਡੂੰਘੇ ਆ ਤੇ ਇਹਦਾ ਅਸਰ ਸਿੱਖਾਂ ਤੇ ਪੰਜਾਬ ਦੇ ਉੱਪਰ ਨਿਸ਼ਚਿਤ ਹੀ ਪੈਣਾ ਆ। ਉਸੇ ਰਿਪੋਰਟ ਦੇ ਵਿੱਚ ਇੱਕ ਗੱਲ ਦਰਜ ਹੈ, ਉਹ ਕਹਿੰਦੇ ਕਿ ਸਿੱਖਾਂ ਨੇ ਜੋ ਆਪਣਾ ਟੀਚਾ ਮਿੱਥਿਆ ਹੋਇਆ ਉਹ ਟੀਚਾ ਸਰ ਕਰਨ ਦੇ ਵਾਸਤੇ ਸਿੱਖਾਂ ਦੇ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਇਹ ਹੈ ਕਿ ਉਹ ਟੀਚਾ ਤਾਂ ਸਰ ਹੋ ਸਕਦਾ ਜੇਕਰ ਇਹਨਾਂ ਦੀ ਯੂਨੀਫਾਈਡ ਕਮਾਂਡ ਹੋਵੇ, ਇਹਨਾਂ ਦੀ ਇੱਕ ਸਾਂਝੀ ਅਗਵਾਈ, ਇੱਕ ਬਜਵੀਂ ਅਗਵਾਈ ਹੋਵੇ। ਤੇ ਅੱਜ ਦੇ ਸਮੇਂ ਦੇ ਵਿੱਚ ਵੀ ਸਾਡੇ ਸਾਹਮਣੇ ਸਭ ਤੋਂ ਵੱਡੀ ਜਿਹੜੀ ਆਪਾਂ ਕਹਿ ਸਕਦੇ ਕਿ ਚੁਣੌਤੀ ਹੈ ਉਹ ਇਹੀ ਹੈ। ਸੋ ਆਪਣੇ ਕਰਨ ਵਾਲਾ ਕਾਰਜ ਕਿਹੜਾ ਆ, ਇਹ ਗੱਲ ਭਾਈ ਜਿੰਦੇ ਸੁੱਖੇ ਦੀਆਂ ਚਿੱਠੀਆਂ ਜਦੋਂ ਤੁਸੀਂ ਕਿਤਾਬ ਰੂਪ ਦੇ ਵਿੱਚ ਪੜ੍ਹੋਗੇ ਉੱਥੋਂ ਵੀ ਤੁਹਾਨੂੰ ਦਿਸੂਗੀ ਤਾਂ ਜਿੰਨੀ ਗੁਰੂ ਪਾਤਸ਼ਾਹ ਨੇ ਮਤਬੁੱਧ ਬਖਸ਼ੀ ਉਹਦੇ ਮੁਤਾਬਕ ਜੋ ਸਾਨੂੰ ਸਮਝ ਆਉਂਦੀ ਹੈ ਕਿ ਘੱਟੋ ਘੱਟ ਸਾਨੂੰ ਆਪਣਾ ਫੈਸਲਾ ਜਿਹੜਾ ਆ ਉਹ ਸਾਂਝਾ ਲੈਣ ਦਾ ਅਮਲ ਅਪਣਾਉਣਾ ਪੈਣਾ। ਦੂਸਰੀ ਗੱਲ ਕਿ ਆਪਣੀ ਨੀਤੀ ਤੇ ਆਪਣੀ ਕਾਰਜ ਨੀਤੀ, ਆਪਣੀ ਪਾਲਿਸੀ ਤੇ ਪ੍ਰੋਗਰਾਮ ਉਹ ਸਾਂਝਾ ਨਿਸ਼ਚਿਤ ਕਰਨਾ ਪੈਣਾ। ਜਿੰਨਾ ਇਸ ਸਮੇਂ ਸਾਡੇ ਵਿੱਚ ਵੱਖ ਵੱਖ ਹਿੱਸੇ ਹੋਏ ਨੇ ਉਹਦੇ ਤਹਿਤ ਇਹ ਦੋ ਚੀਜ਼ਾਂ ਘੱਟੋ ਘੱਟ ਕਰਨੀਆਂ ਸਾਡੇ ਵਾਸਤੇ ਜ਼ਰੂਰੀ ਹੈ। ਉਹ ਜਿੰਨੀਆਂ ਮਹੱਤਵਪੂਰਨ ਉਸ ਸਮੇਂ ਸੀ ਜਦੋਂ ਭਾਈ ਸੁਖਦੇਵ ਸਿੰਘ ਸੁੱਖਾ, ਭਾਈ ਹਰਜਿੰਦਰ ਸਿੰਘ ਜਿੰਦਾ ਫਾਂਸੀ ਦੇ ਰੱਸੇ ਨੂੰ ਚੁੰਮ ਕੇ ਹੱਥੀਂ ਗਲ ਦੇ ਵਿੱਚ ਪਾ ਰਹੇ ਸੀ ਕਿ ਇਹ ਸ਼ਹਾਦਤ ਸਾਰਿਆਂ ਨੂੰ ਇਕੱਠਾ ਕਰੂਗੀ, ਉਨੀਆਂ ਹੀ ਇਹ ਦੋਵੇਂ ਗੱਲਾਂ ਅੱਜ ਜ਼ਰੂਰੀ ਨੇ। ਮੇਰੀ ਸਾਰਿਆਂ ਦੇ ਚਰਨਾਂ ਦੇ ਵਿੱਚ ਇਹੀ ਬੇਨਤੀ ਹੈ ਕਿ ਜਿੰਨਾ ਗੰਭੀਰ ਸਮਾਂ ਆ ਰਿਹਾ ਔਰ ਜਿੰਨੀ ਅਜ਼ੀਮ ਸ਼ਹਾਦਤ ਉਹਨਾਂ ਨੇ ਦਿੱਤੀ, ਇਹਨਾਂ ਦੋਵਾਂ ਦੇ ਮੱਦੇਨਜ਼ਰ ਆਪਾਂ ਆਪਣਾ ਅਮਲ ਇਸ ਤਰ੍ਹਾਂ ਦਾ ਅਖਤਿਆਰ ਕਰੀਏ। ਇਸੇ ਸੰਬੰਧ ਦੇ ਵਿੱਚ ਹੀ ਇੱਕ ਸਾਂਝਾ ਮਾਰਗ ਸੇਧ ਅਪਣਾਉਣ ਦੇ ਵੱਲ ਨੂੰ ਵਧੀਏ। ਇੰਨਾ ਕਹਿੰਦਾ ਹੋਇਆ ਫਤਿਹ ਅਰਜ ਕਰਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਖੀਰ ਅੰਤ ਦਾ ਦਿਨ ਆ ਗਿਆ, ਸਾਰੇ ਪਰਿਵਾਰ ਨੂੰ ਅੰਤਮ ਦਰਸ਼ਨਾਂ ਵਾਸਤੇ ਬੁਲਾ ਲਿਆ ਗਿਆ।
ਪੰਜਾਬ ਦਾ ਸ਼ੇਰ ਅਗਲੇ ਜਹਾਨ ਲਈ ਤਿਆਰ ਹੋ ਰਿਹਾ ਸੀ। ਚਿਹਰੇ ਦਾ ਰੰਗ ਬਦਲ ਚੁੱਕਾ ਸੀ, ਸਾਹ ਉਖੜਨਾ ਸ਼ੁਰੂ ਹੋ ਗਿਆ ਸੀ। ਅੰਤ ਇੱਕ ਲੰਮਾ ਸਾਰਾ ਹਟਕੋਰਾ ਆ ਕੇ ਜੋਤ ਬੁੱਝ ਗਈ। 58 ਸਾਲ 7 ਮਹੀਨੇ ਤੇ 26 ਦਿਨ ਦੀ ਉਮਰ ਗੁਜ਼ਾਰ ਕੇ ਮਹਾਰਾਜਾ ਰਣਜੀਤ ਸਿੰਘ ਕੂਚ ਕਰ ਗਿਆ। ਹਾੜ ਦੀ 15 1896 ਬਿਕਰਮੀ ਤੇ ਜੂਨ ਦੀ 27 1839 ਈਸਵੀ ਤਾਰੀਖ ਸੀ। ਉਸ ਦਿਨ ਵੀਰਵਾਰ ਤੇ ਪੂਰਨਮਾਸ਼ੀ ਦਾ ਦਿਹਾੜਾ ਸੀ। ਹਾਂ, ਪੂਰਨਮਾਸ਼ੀ, ਜਦ ਲੋਕਾਂ ਦੀਆਂ ਰਾਤਾਂ ਵੀ ਚਾਨਣੀਆਂ ਹੁੰਦੀਆਂ ਹਨ, ਪਰ ਪੰਜਾਬੀਆਂ ਦੇ ਭਾਅ ਦਾ ਦਿਨ ਦੀਵੀਂ ਹਨੇਰ ਪੈ ਗਿਆ। ਸਾਰਾ ਪਰਿਵਾਰ ਤਾਂ ਹੀ ਮਾਰ ਕੇ ਰੋਣ ਪਿੱਟਣ ਲੱਗ ਪਿਆ। ਜੰਗਲ ਦੀ ਅੱਗ ਵਾਂਗ ਖਬਰ ਸਾਰੇ ਸ਼ਹਿਰ ਵਿੱਚ ਫੈਲ ਗਈ। ਖੁਸ਼ੀ ਵਸਦੇ ਲਾਹੌਰ ਵਿੱਚ ਹਾਹਾਕਾਰ ਮੱਚ ਗਈ। ਸੋਗੀ ਵਾਤਾਵਰਨ ਵਿੱਚ ਦਰਦ ਵਾਲੇ ਲੋਕਾਂ ਦਾ ਦਮ ਘੁੱਟਿਆ ਜਾਣ ਲੱਗਾ। ਸ਼ੇਰੇ ਪੰਜਾਬ ਦੀ ਮੌਤ ਨਾਲ ਕੁਝ ਰਾਣੀਆਂ ਹੀ ਨਹੀਂ, ਸਾਰਾ ਪੰਜਾਬ ਰੰਡਾ ਹੋ ਗਿਆ। ਸਿੱਖਾਂ ਦਾ ਸੂਰਜ ਸਿਖਰ ਦੁਪਹਿਰੇ ਛਿਪ ਗਿਆ। ਕਿਸਮਤ ਨੇ ਪੰਜਾਬੀਆਂ ਵੱਲੋਂ ਮੂੰਹ ਫੇਰ ਲਿਆ। 5 ਦਰਿਆਵਾਂ ਦੀ ਧਰਤੀ ਦਾ ਬੱਚਾ ਬੱਚਾ ਰੋ ਰਿਹਾ ਸੀ ਤੇ ਵਿਰੋਧੀ ਖੁਸ਼ੀ ਮਨਾ ਰਹੇ ਸਨ। ਉਹਨਾਂ ਘਰੀ ਉਸ ਰਾਤ ਘਿਓ ਦੀਆਂ ਜੋਤਾਂ ਜੱਗੀਆਂ।